मेरा नाम डॉक्टर उपिंदर सिंह घई है। मैं घई हॉस्पिटल का मालिक भी हाँ और इतने का मेन सर्जन भी हाँ। मैं 1980 मास्टर ऑफ सर्जरी की डिग्री मेडिकल कॉलेज अमृतसर तो प्राप्त की सी और उस तो बाद मैं पंजाब सिविल मेडिकल सर्विसेज भी सेवा की। सिविल हॉस्पिटल जलंधर भी रहा, उसके बाद मैं बाहर चला गया। 6 साल मैं लुधियाना में भी जो मेन हॉस्पिटल से उसे सीनियर कंसल्टेंट सी। वापस आके मैं गुरु नानक मिशन अस्पताल सेवा की और 1996 तो कई हॉस्पिटल जो गुरु तेग बहादुर नगर जलंधर में है उन्होंने चला रहे हैं। पित्ते की बीमारी जी है ये काफ़ी कॉमन होती जा रही है। पहलों असी जो भी सूँ पढ़ाया जाता से जो असं पढ़ते होंगे सी उदो असी 4F करके याद करी दा सी और 4F का मतलब होंदा सी फीमेल फोल्टी फेयर एंड फर्टाइल। सो दा मतलब है कि आम तौर पर लेडीज़ की बीमारी ज़्यादा होंदी सी। फेयर इस करके कहंदे सी कि क्योंकि अंग्रेज़ों की बीमारी समझी जाती सी कि पहलों को साड़ी जिन्नियां भी किताबां सी वो यूरोप में लिखी जांदियां सी तो इस करके शायद फेयर सीगा। पर हुण ये सारी जिहड़ी चीज़ां ये ठीक असी इहनू वो 4F वाला काम जिहड़ा हुण खत्म हो गया। ਕਿਉਂਕਿ ਆਮ ਤੌਰ 'ਤੇ ਦੇਖ ਰਹੇ ਹਾਂ ਕਿ ਵੀ ਬਿਮਾਰੀ ਹੁਣ ਜਿਹੜੀ ਹੈ ਬੰਦਿਆਂ ਵਿੱਚ ਵੀ ਜ਼ਿਆਦਾ ਹੁੰਦੀ ਹੈ ਔਰ ਤੋਂ ਹਲੇ ਵੀ ਲੇਡੀਜ਼ ਦੀ ਬਿਮਾਰੀ ਜ਼ਿਆਦਾ ਹੈ। ਔਰ ਆਮ ਤੌਰ 'ਤੇ ਜਿਹੜੀ ਏਜ ਗਰੁੱਪ ਹੈ 35 ਔਰ 40 ਸਾਲ ਦੀ ਉਮਰ ਜਿਹੜੀ ਹੈ ਉਹਦੇ 'ਚ ਬਿਮਾਰੀ ਜ਼ਿਆਦਾ ਹੁੰਦੀ ਹੈ। ਇਹਦਾ ਡਾਇਟ ਨਾਲ ਬਹੁਤ ਡਾਇਰੈਕਟ ਤਾਲੁਕ ਨਹੀਂ ਹੈ ਪਰ ਜਿਹੜੇ ਫੈਟੀ ਫੂਡ ਜ਼ਿਆਦਾ ਇਸਤੇਮਾਲ ਕਰਦੇ ਹਨ ਸੋ ਉਹਨਾਂ 'ਚ ਬਿਮਾਰੀ ਜਿਹੜੀ ਹੈ ਇਹ ਜ਼ਿਆਦਾ ਹੋਣ ਦੀ ਸੰਭਾਵਨਾ ਹੁੰਦੀ ਹੈ। ਕੋਈ ਕੋਲੈਸਟਰੋਲ ਜਿਹੜਾ ਉਹ ਪਿੱਤੇ 'ਚ ਕੀ ਜਾਂਦੇ ਆ ਡਿਪੋਜ਼ਿਟ ਹੋ ਜਾਂਦਾ। ਪਿੱਤੇ ਦਾ ਜਿਹੜਾ ਮੇਨ ਕੰਮ ਹੈ ਉਹ ਹੁੰਦਾ ਬਾਈਲ ਜੂਸ ਜਿਹੜਾ ਉਹਨੂੰ ਸਟੋਰ ਕਰਨਾ ਔਰ ਉਹਨੂੰ 30 ਟਾਈਮਸ ਕੰਸਨਟ੍ਰੇਟ ਕਰਨਾ। ਬਾਈਲ ਜੂਸ ਬੰਦਾ ਦੇ ਜਿਗਰ ਦੇ ਵਿੱਚ ਹੈ ਲਿਵਰ ਦੇ ਵਿੱਚ ਪਰ ਉਹ ਵਾਪਸ ਜਦੋਂ ਵੀ ਅਸੀਂ ਸਟੋਰੇਜ ਜਿਹੜਾ ਉਹਦਾ ਟੈਂਕ ਹੈ ਉਹ ਗੋਲ ਬਲੈਡਰ ਹੈ ਸੋ ਇਹਦੇ ਜਾ ਕੇ ਬਾਈਲ ਸਟੋਰ ਹੁੰਦਾ ਔਰ ਜਦੋਂ ਵੀ ਅਸੀਂ ਖਾਣਾ ਖਾਈਦਾ ਤਾਂ ਉਸੇ ਵੇਲੇ ਜਿਹੜਾ ਗੋਲ ਬਲੈਡਰ ਹੈ ਉਹ ਕੰਟਰੈਕਟ ਕਰਦਾ। ਕੰਟਰੈਕਟ ਮਤਲਬ ਸੁੱਕੜ ਜਾਂਦਾ ਔਰ ਜਦੋਂ ਸੁੱਕੜਦਾ ਥੱਲੇ ਜਿਹੜਾ ਇੱਕ ਉਹਦਾ ਸਫਿੰਟਰ ਹੁੰਦਾ ਕੋਮਨ ਬਾਈਲ ਡਕਟ ਦਾ ਉਹ ਖੁੱਲ੍ਹ ਜਾਂਦਾ ਔਰ ਇਹ ਜੂਸ ਸਾਰਾ ਜਿਹੜਾ ਜਦੋਂ ਖਾਣੇ ਦੇ ਨਾਲ ਜਾ ਕੇ ਮਿਲ ਕੇ ਸਾਡਾ ਜਿਹੜਾ ਫੈਟੀ ਫੂਡ ਹੈ ਉਹਨੂੰ ਹਜ਼ਮ ਕਰਨ 'ਚ ਹੈਲਪ ਕਰਦਾ। ਔਰ ਜਦੋਂ ਇਹ ਪਿੱਤਾ ਕੰਮ ਠੀਕ ਨਹੀਂ ਕਰਦਾ ਤਾਂ ਉਦੋਂ ਇਹਦੇ ਵਿੱਚ ਪੱਥਰੀਆਂ ਹੋਣ ਦਾ ਚਾਂਸਿਸ ਹੋ ਜਾਂਦੇ ਆ। ਇਨਫੈਕਸ਼ਨ ਵੀ ਕਾਰਨ ਹੈ, ਅਗਰ ਇਨਫੈਕਸ਼ਨ ਵਗੈਰਾ ਬੰਦੇ ਨੂੰ ਪੇਟ 'ਚ ਹੁੰਦੀ ਹੋਏ ਪਿੱਤੇ 'ਚ ਹੋ ਜਾਏ ਉਹਨਾਂ ਵਿੱਚ ਵੀ ਜਿਹੜੀ ਹੈ ਇਹ ਪਿੱਤੇ ਦੀ ਪੱਥਰੀ ਜ਼ਿਆਦਾ ਬਣਦੀ ਹੈ। ਲੇਡੀਜ਼ ਸ਼ਾਇਦ ਇਸ ਕਰਕੇ ਅਸੀਂ ਜ਼ਿਆਦਾ ਕਹੀਦਾ ਜਿਹੜਾ ਅਸੀਂ ਕਹਿੰਦੇ ਫੋਲਟੀ ਫਰਟਾਈਲ ਕਿਉਂਕਿ ਜਿਨ੍ਹਾਂ ਦੇ ਬੱਚੇ ਜ਼ਿਆਦਾ ਹੁੰਦੇ ਆ ਉਹਨਾਂ ਵਿੱਚ ਇਹ ਹੁੰਦਾ ਕਿ ਵਾਰ ਵਾਰ ਜਦੋਂ ਲੇਡੀਜ਼ ਦਾ ਪੇਟ ਵੱਧਦਾ ਹੈ ਬੱਚਾ ਹੋਣ ਕਰਕੇ ਯੂਟਰਸ ਦਾ ਸਾਈਜ਼ ਵੱਧਦਾ ਉਹਦਾ ਪ੍ਰੈਸ਼ਰ ਜਿਹੜਾ ਪੇਟ ਦੇ ਉੱਪਰ ਉੱਪਰ ਵਾਲੇ ਹਿੱਸਿਆਂ 'ਚ ਪੈਣਾ ਸ਼ੁਰੂ ਹੋ ਜਾਂਦਾ ਜਿਹਦੇ ਕਰਕੇ ਸਾਡਾ ਬਾਈਲ ਜੂਸ ਜਿਹੜਾ ਉਹਦੇ ਥੋੜ੍ਹੀ ਜਿਹੀ ਟੈਂਪਰਰੀ ਬਲੋਕੇਜ ਹੋ ਜਾਂਦੀ ਹੈ ਔਰ ਉਹ ਜਿੰਨੀ ਸਪੀਡ ਨਾਲ ਬਾਹਰ ਆਉਣਾ ਚਾਹੀਦਾ ਉਨੀ ਸਪੀਡ ਨਾਲ ਬਾਹਰ ਨਹੀਂ ਆਉਂਦਾ ਔਰ ਉੱਥੇ ਜਿਹੜਾ ਕੋਲੈਸਟਰੋਲ ਔਰ ਜਿਹੜੇ ਬਾਈਲ ਸਾਲਟਸ ਹੈ ਉਹਨਾਂ ਦੀ ਰੇਸ਼ੋ ਜਿਹੜੀ ਉਹ ਡਿਸਟਰਬ ਹੋ ਜਾਂਦੀ ਹੈ ਅਤੇ ਉੱਥੇ ਪੱਥਰੀਆਂ ਬਣਨ ਦੀ ਸੰਭਾਵਨਾ ਜ਼ਿਆਦਾ ਹੋ ਜਾਂਦੀ ਹੈ। ਸੋ ਇਸ ਕਰਕੇ ਜਿਹੜਾ ਮਤਲਬ ਲੇਡੀਜ਼ ਦੇ ਵਿੱਚ ਜ਼ਿਆਦਾ ਹੋਣ ਦੀ ਸੰਭਾਵਨਾ ਹੈਗੀ ਹੈ ਪਰ ਅੱਜ ਕੱਲ੍ਹ ਜਿਹੜਾ ਬੰਦਿਆਂ ਵਿੱਚ ਵੀ ਕਾਫੀ ਜ਼ਿਆਦਾ ਹੈਗੀ ਹੈ ਔਰ ਈਵਨ ਬਹੁਤ ਛੋਟੇ ਬੱਚਿਆਂ 'ਚ 2 ਸਾਲ 5 ਸਾਲ 10 ਸਾਲ ਇਹੋ ਜਿਹੇ ਬੱਚਿਆਂ ਵਿੱਚ ਵੀ ਅਸੀਂ ਪੱਥਰੀਆਂ ਦੇਖੀਆਂ ਔਰ ਮੈਂ ਆਪ ਇਹ ਛੋਟੇ ਬੱਚਿਆਂ ਦੇ ਓਪਰੇਸ਼ਨ ਵੀ ਕਰ ਚੁੱਕਾ। ਓਪਰੇਸ਼ਨ ਜਿਹੜੇ ਅੱਜ ਕੱਲ੍ਹ ਹੈ ਉਹ ਅੱਗੇ ਨਾਲੋਂ ਕਾਫੀ ਬਿਹਤਰ ਹੋ ਗਏ ਹੈ। ਪਹਿਲਾਂ ਅਸੀਂ ਜਦੋਂ ਓਪਰੇਸ਼ਨ ਕਰੀਦਾ ਸੀ ਕਾਫੀ ਵੱਡਾ ਚੀਰਾ ਸੀ ਪੇਟ ਵਿੱਚ ਦਈਦਾ ਸੀ ਪਿੱਤੇ ਨੂੰ ਕੱਢਣ ਵਾਸਤੇ। ਕਈ ਲੋਕ ਆ ਕੇ ਪੁੱਛਦੇ ਆ ਕਿ ਸਾਡਾ ਖਾਲੀ ਪੱਥਰੀ ਨਹੀਂ ਕੱਢੀ ਜਾ ਸਕਦੀ ਜਾਂ ਕੋਈ ਦਵਾਈਆਂ ਨਾਲ ਪੱਥਰੀਆਂ ਨਹੀਂ ਨਿਕਲ ਸਕਦੀਆਂ। ਦਵਾਈਆਂ ਕਈ ਹੈਗੀਆਂ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਕਿ ਸ਼ਾਇਦ ਪੱਥਰੀ ਨੂੰ ਡਿਸੋਲਵ ਕਰ ਸਕਣ ਪਰ ਉਹ ਆਮ ਤੌਰ 'ਤੇ ਇਹ ਕੰਮ ਨਹੀਂ ਕਰ ਸਕਦੀਆਂ ਕਿਉਂਕਿ ਪੱਥਰੀਆਂ ਆਮ ਤੌਰ 'ਤੇ ਮਲਟੀਪਲ ਹੁੰਦੀਆਂ। ਅਸੀਂ ਦੇਖਿਆ ਕਈ ਵਾਰੀ ਇੱਕ ਪੱਥਰੀ ਤੋਂ ਲੈ ਕੇ 100 ਤੋਂ 200, 400, 500 ਤੱਕ ਵੀ ਛੋਟੀ ਛੋਟੀਆਂ ਪੱਥਰੀਆਂ ਪਿੱਤੇ ਹੋ ਜਾਂਦੀਆਂ ਔਰ ਪਿੱਤੇ ਵੀ ਜਿਹੜਾ ਬਾਹਰ ਨਿਕਲਣ ਦਾ ਰਸਤਾ ਪੱਥਰੀ ਦਾ ਉਹ ਕੋਮਨ ਬਾਈਲ ਡਕਟ ਵਿੱਚੋਂ ਹੈ ਔਰ ਅਗਰ ਪੱਥਰੀ ਕੋਮਨ ਬਾਈਲ ਡਕਟ ਵਿੱਚ ਆ ਜਾਏ ਤਾਂ ਉਸ ਮਰੀਜ਼ ਨੂੰ ਪੀਲੀਆ ਵੀ ਹੋ ਜਾਂਦਾ ਔਰ ਅਗਰ ਜ਼ਿਆਦਾ ਦੇਰ ਪ੍ਰੋਪਰਲੀ ਅਸੀਂ ਇਲਾਜ ਨਾ ਕਰੀਏ ਤਾਂ ਪਿੱਤੇ ਵਿੱਚ ਪਸ ਵਗੈਰਾ ਵੀ ਬਣ ਜਾਂਦੀ ਹੈ ਔਰ ਅਗਰ ਬਹੁਤ ਜ਼ਿਆਦਾ ਦੇਰ ਪੱਥਰੀਆਂ ਰਹਿਣ ਤਾਂ 10% ਕੇਸਿਸ ਦੇ ਵਿੱਚ ਕੈਂਸਰ ਹੋਣ ਦੀ ਸੰਭਾਵਨਾ ਵੀ ਰਹਿੰਦੀ ਹੈ। ਤਾਂ ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਅਗਰ ਸਾਨੂੰ ਪਤਾ ਲੱਗੇ ਕਿ ਪਿੱਤੇ 'ਚ ਪੱਥਰੀ ਹੈ ਤਾਂ ਉਹਦਾ ਸਾਨੂੰ ਇਲਾਜ ਕਰਾਉਣਾ ਚਾਹੀਦਾ ਔਰ ਇਲਾਜ ਉਹਦਾ ਓਪਰੇਸ਼ਨ ਹੀ ਹੈ। ਅੱਜ ਕੱਲ੍ਹ ਇਹਨਾਂ ਦਾ ਇਲਾਜ ਜਿਹੜਾ ਦੂਰਬੀਨਾ ਹੁੰਦਾ ਜਿਹਨੂੰ ਅਸੀਂ ਲੈਪਰੋਸਕੋਪਿਕ ਕੋਲੀਸਿਸਟੈਕਟਮੀ ਕਹਿੰਦੇ ਹਾਂ। ਸੋ ਇਹਦੇ 'ਚ ਆਮ ਤੌਰ 'ਤੇ ਮਰੀਜ਼ ਨੂੰ 24 ਘੰਟੇ ਹਸਪਤਾਲ 'ਚ ਰਹਿਣਾ ਪੈਂਦਾ
ਪਹਿਲਾਂ ਪ੍ਰੋਪਰ ਸਾਰੇ ਟੈਸਟ ਹੁੰਦੇ ਆ, ਸਕੈਨਿੰਗ ਵਗੈਰਾ ਨਵੀਂ ਹੋਣੀ ਚਾਹੀਦੀ ਹੈ, ਹੋਰ ਉਹਨੂੰ ਕੋਈ ਬਿਮਾਰੀ ਨਹੀਂ ਹੋਣੀ ਚਾਹੀਦੀ। ਅਗਰ ਕੋਈ ਬਿਮਾਰੀ ਹੈ ਜਿਵੇਂ ਸ਼ੂਗਰ ਆ ਜਾਂ ਕੋਈ ਹਾਰਟ ਵਗੈਰਾ ਦੀ ਬਿਮਾਰੀ ਹੈ ਤਾਂ ਉਹਦਾ ਨਾਲ ਕੰਟਰੋਲ ਕਰਕੇ ਇਲਾਜ ਕਰਕੇ ਅਤੇ ਫਿਰ ਇਹਦਾ ਓਪਰੇਸ਼ਨ ਕਰਨਾ ਚਾਹੀਦਾ। ਆਮ ਤੌਰ 'ਤੇ ਪਿੱਤੇ ਦੀ ਪੱਥਰੀਆਂ ਦੀ ਕੰਪਲੀਕੇਸ਼ਨ ਬਹੁਤ ਘੱਟ ਹੈ, ਸਪੈਸ਼ਲੀ ਅਗਰ ਸਰਜਨ ਐਕਸਪੀਰੀਅੰਸ ਹੈ, ਤੁਹਾਡੇ ਕੋਲ ਇਕਵਿਪਮੈਂਟ ਅੱਛਾ ਅਤੇ ਕੋਈ ਇਹਦੇ 'ਚ ਓਪਰੇਸ਼ਨ 'ਚ ਕੋਈ ਦਿੱਕਤ ਨਹੀਂ ਆਉਂਦੀ ਔਰ 24 ਘੰਟੇ ਦੇ ਬਾਅਦ ਮਰੀਜ਼ ਆਪਣੇ ਆਰਾਮ ਨਾਲ ਘਰ ਚਲੇ ਜਾਂਦਾ। ਔਰ ਕਈ ਜਿਹੜੀ ਥੋੜ੍ਹੀ ਜਿਹੀ ਸਾਨੂੰ ਪਰਹੇਜ਼ ਜ਼ਰੂਰ ਕਰਨਾ ਪੈਂਦਾ ਕਿਉਂਕਿ ਪਿੱਤੇ ਦਾ ਕੰਮ ਬੇਸਿਕਲੀ ਹੈ ਕੰਸਨਟ੍ਰੇਟ ਕਰਨਾ ਬਾਈਲ ਨੂੰ, ਔਰ ਬਾਈਲ ਦਾ ਕੰਮ ਜਿਹੜਾ ਫੈਟਸ ਜਿਹੜੀਆਂ ਸਾਡੀਆਂ ਉਹਨਾਂ ਨੂੰ ਅਬਜ਼ੋਰਪਸ਼ਨ 'ਚ ਹੈਲ ਕਰਨਾ ਹੈ। ਤਾਂ ਇਸ ਕਰਕੇ ਮਰੀਜ਼ ਨੂੰ ਜਿਹੜਾ ਫੈਟੀ ਫੂਡ ਜਿਹੜਾ 3-4 ਮਹੀਨੇ ਅਸੀਂ ਕਹੀਦਾ ਉਹ ਅਵੋਇਡ ਕਰੋ ਕਿਉਂਕਿ ਉਹਦੇ ਬਾਅਦ ਜਿਹੜਾ ਲਿਵਰ ਜਿਹੜਾ ਆਪਣੇ ਆਪ ਹੀ ਬਾਈਲ ਜਿਹੜਾ ਉਹਨੂੰ ਕੰਸਨਟ੍ਰੇਟ ਕਰਨਾ ਸ਼ੁਰੂ ਕਰ ਦਿੰਦਾ। ਸੋ ਇਹ ਸੀ ਪਿੱਤੇ ਦੇ ਪੱਥਰੀ ਦੇ ਬਾਰੇ 'ਚ ਗੱਲ। ਮੈਂ ਤੁਹਾਨੂੰ ਹੁਣੇ ਦੱਸ ਰਿਹਾ ਸੀ ਕਿ ਅਗਰ ਪਿੱਤੇ ਦੀ ਪੱਥਰੀ ਜਿਹੜੀ ਹੈ ਬਾਈ ਚਾਂਸ ਕੋਮਨ ਬਲੱਡ ਡਕਟ ਵਿੱਚ ਆ ਜਾਏ, ਇੱਕ ਪੱਥਰੀ ਜਾਂ ਜ਼ਿਆਦਾ ਪੱਥਰੀਆਂ, ਅਤੇ ਉਹਦੇ ਵਿੱਚ ਮਰੀਜ਼ ਨੂੰ ਪੀਲੀਆ ਹੋ ਜਾਂਦਾ। ਸੋ ਇਹਦੇ ਵਿੱਚ ਅਸੀਂ ਅਗਰ ਸਾਨੂੰ ਪਹਿਲਾਂ ਪਤਾ ਲੱਗ ਜਾਏ ਕਿ ਪਿੱਤੇ ਦੀ ਪੱਥਰੀ ਤੋਂ, ਤਾਂ ਪਹਿਲਾਂ ਅਸੀਂ ਜਿਹੜੀ ਕੋਮਨ ਬਾਈਲ ਡਕਟ ਹੈ ਉਹਨੂੰ ਕਲੀਅਰ ਕਰੀਦਾ। ਇਹ ਵੀ ਦੂਰਬੀਨ ਹੁੰਦਾ, ਇੱਕ ਤਰ੍ਹਾਂ ਦੀ ਸਪੈਸ਼ਲ ਤਰ੍ਹਾਂ ਦੀ ਦੂਰਬੀਨ ਹੁੰਦੀ ਹੈ ਜਿਹਨੂੰ ERCP ਸਕੋਪ ਕਹਿੰਦੇ ਹਾਂ ਅਸੀਂ, ਉਹ ਮੂੰਹ ਦੇ ਵਿੱਚੋਂ ਪਾ ਕੇ ਅਤੇ ਸਪਿੰਟਰ ਆਫ ਓਡਾਈ ਵਿੱਚ ਜਾ ਕੇ ਜਿਹੜੇ ਹੈ ਅਤੇ ਅਸੀਂ ਉਹ ਪੱਥਰੀਆਂ ਨੂੰ ਪਹਿਲਾਂ ਰਿਮੂਵ ਕੀਤਾ ਜਾਂਦਾ ਔਰ ਕਈ ਵਾਰੀ ਅੰਦਰ ਸਟੈਂਟ ਰੱਖਤਾ ਜਾਂਦਾ ਔਰ ਉਹਦੇ ਬਾਅਦ ਫਿਰ ਜਿਹੜਾ ਅਸੀਂ ਪਿੱਤੇ ਦੀ ਪੱਥਰੀ ਦਾ ਓਪਰੇਸ਼ਨ ਕੀਤਾ ਜਾਂਦਾ। ਕਈ ਵਾਰੀ ਪਿੱਤੇ ਦੀ ਪੱਥਰੀ ਜਿਹੜੀ ਹੈ ਅਗਰ ਬਾਈ ਚਾਂਸ ਗਲਤੀ ਨਾਲ ਉਹ ਪੈਨਕ੍ਰੈਟਿਕ ਡਕਟ ਵਿੱਚ ਚਲੀ ਜਾਏ ਅਤੇ ਪੈਨਕ੍ਰੀਟਾਈਟਿਸ ਹੋਣ ਦਾ ਵੀ ਖਤਰਾ ਹੁੰਦਾ, ਜਿਹੜੀ ਕਿ ਬਹੁਤ ਚੰਗੀ ਬਿਮਾਰੀ ਹੈ, ਕਾਫੀ ਪਰੇਸ਼ਾਨੀ ਵਾਲੀ ਬਿਮਾਰੀ ਹੈ।